ਅਸੀਂ ਨਾ ਹੁੰਦੇ ਤੁਸੀਂ ਚੱਕ ਕੇ ਲੈ ਜਾਂਦੇ ਤੁਹਾਡਾ ਪਸੀਨਾ ਹੀ ਦੱਸਦਾ ਵੀ ਤੁਸੀਂ ਤੁਹਾਡਾ ਪਸੀਨਾ ਹੀ ਦੱਸਦਾ ਵੀ ਤੁਸੀਂ ਦੰਦ ਤੁਹਾਡੇ ਕੋਲ ਨਹੀਂ ਜਾਂਦੀ ਤੁਸੀਂ ਨਾ ਕੋ ਇਹੋ ਜੀ ਗੱਲ ਨਹੀਂ ਸਰ ਸਰ ਮੈਂ ਕਿਹਾ ਨਾ ਕਰੋ ਇਹੋ ਜੀ ਗੱਲ ਤੁਸੀਂ ਉਹ ਸਾਨੂੰ ਵੀ ਰੋਡ ਵੋਟ ਪਾੜਦੀ ਵੋਟ ਵੋਟ ਹੀ ਆਪ ਦਾ ਮੇਰੀ ਗੱਲ ਸੁਣੋ ਵੋਟ ਨਹੀਂ ਯਾਰ ਵੋਟ ਨਹੀਂ ਦੋਸ ਕਿੰਨੇ ਨੇ ਸਾਨੂੰ ਦੇਰ ਦੀ ਬੰਦੀ ਪਈ ਹੈ ਅਸੀਂ ਗੱਲ ਉਹ ਨਹੀਂ ਹੈ ਗੱਲ ਇਹ ਵੀ ਅਸੀਂ ਚਲੋ ਜੋ ਵੀ ਸੀ ਤੁਸੀਂ ਕਾਗਜ਼ ਦਿਖਾਓ ਛੱਡੋ ਸਾਡੇ ਨਾਲ ਗੱਲ ਨਾ ਕਰੋ ਕਾਗਜ਼ ਦਿਖਾਓ ਸਾਰੇ ਪਾਰਟੀ ਨੂੰ ਕੋ ਦਫ਼ਤਰ ਤੱਕ ਆਓ ਕਰੋ ਵਿਜੀਲੈਂਸ ਦਾ ਉੱਥੇ ਪਹੁੰਚੋ ਸਾਰੇ ਯਾਰ ਬਣਾ ਲਾ ਮੈਂ ਸਰਦਾਰ ਜੀ ਦਾ ਬਣਾ ਲੈ ਬੰਦੇ ਹੋ ਤੁਸੀਂ ਅੱਜ ਤੁਹਾਨੂੰ ਸਿਖਾਇਆ ਲਾਓ ਯਾਰ ਬੰਦੇ ਵੀ ਤੁਸੀਂ ਇੱਕ ਬੰਦੇ ਨੂੰ ਕੰਨੇ ਨੂੰ ਚੱਕ ਕੇ ਆ ਜਾਓ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਜਾਂਦੇ ਹਾਂ ਕਾਨੂੰਨ ਕਾਗਜ਼ ਦਿਖਾਓ ਯਾਰ ਆਉਂਦੇ ਆ ਆਉਂਦੇ ਪੇਪਰ ਕੌਣ ਆਉਂਦੇ ਆ ਪੇਪਰ ਦਿਖਾਵਾਂਗੇ ਤੁਹਾਨੂੰ ਬਿਨਾਂ ਪੇਪਰ ਤੁਸੀਂ ਇਹਦਾ ਮਤਲਬ ਜੀ ਅਸੀਂ ਨਾ ਹੁੰਦੇ ਤੁਸੀਂ ਚੱਕ ਕੇ ਲੈ ਜਾਂਦੇ ਪੇਪਰ ਵਾਲੀ ਕਾਦੀ ਜਾਂਦੇ ਨਹੀਂ ਚੱਕ ਕੇ ਜਾ ਸਕਦਾ ਉਹ ਇੱਧਰ ਬੰਦੇ ਆ ਉਹਨਾਂ ਨੂੰ ਦੱਸੋ ਕੀ ਉਹਨਾਂ ਨੂੰ ਅਪਲਾਈ ਕੀ ਹੋ ਰਹੀ ਹੈ ਅਪਲਾਈ ਕੀ ਹੋ ਰਹੀ ਹੈ ਕੀ ਕਰਦੇ ਨੇ ਹਾਂਜੀ ਬੰਦੇ ਜਿੱਦਾਂ ਮੈਂ ਕਟਿੰਗ ਕਰਾ ਕੇ ਚੱਲਦਾ ਕੀ ਗੱਲ ਆ ਕਟਿੰਗ ਕਰਾ ਕੇ ਲਾਈਕ ਕਿਉਂ ਲੈਣਾ ਹੈ ਐ ਕਿਵੇਂ ਲੈਣਗੇ ਤੁਸੀਂ ਕਾਗਜ਼ ਦਿਖਾਓ ਲੈ ਜਾਓ ਸਾਨੂੰ ਕੀ ਆ ਸਾਨੂੰ ਪੈਕਟ ਦੇ ਨਾਲ ਇੱਥੇ ਆਈ ਆ खड़े जो आने फड़ांगे हूं आप यार हद होगी पंजाब च पंजाबी दुश्मन हो एक दूजे भगवंत मान साहब ਬਣੇ ਹੋਏ ਆ ਫਿਰ ਕਿੱਥੇ ਗੱਡੀਆਂ ਤੇ ਨਹੀਂ ਆ ਲੈਣ ਗਏ ਆ ਪਿੱਛੋਂ ਕਿੱਥੇ ਲੈ ਪਿੱਛੇ ਯਾਰ ਕਮਾਰ ਆ ਕੋਈ ਰੱਦੀ ਆ ਵੀ ਲੱਭ ਰਹੇ ਹੋ ਜਾਮ ਚ ਫਸ ਗਏ ਤੇ ਕੋਈ ਨਹੀਂ ਆਉਂਦੇ ਆ ਪੇਪਰ ਆ ਜਾਂਦੇ ਆ ਜੇ ਤੁਸੀਂ ਮਾਰੇ ਬੰਦੇ ਹੋ ਜ਼ਿੰਮੇਵਾਰ ਬੰਦੇ ਆ ਜੀ ਛੱਡੋ ਯਾਰ ਤੁਸੀਂ ਕਹਿੰਦਾ ਕੋਈ ਕਹਿੰਦਾ ਮੈਂ ਵੋਟ ਪਾਉਣਾ ਤੁਹਾਨੂੰ ਕੋਈ ਕਹਿੰਦਾ ਮੈਂ ਜ਼ਿੰਮੇਵਾਰ ਬੰਦਾ ਹਾਂ ਸਰ ਮੈਂ ਤੁਹਾਨੂੰ ਇਹ ਕਿਹਾ ਮੈਂ ਤੁਹਾਨੂੰ ਜਾਣਦਾ ਜੀ ਸਰ ਵੋਟ ਨਹੀਂ ਮੈਂ ਤੁਹਾਨੂੰ ਕਹੀ ਜਾਣਦੇ ਤੁਸੀਂ ਸਾਰੇ ਹੀ ਹੁੰਦੇ ਹੋ ਪਹਿਲਾਂ ਨਹੀਂ ਨਹੀਂ ਮੈਂ ਜਦੋਂ ਸਰਕਾਰਾਂ ਬਦਲਦੀਆਂ ਤੁਸੀਂ ਭੁੱਲ ਜਾਂਦੇ ਹੋ ਉਹ ਨਹੀਂ ਭੁੱਲਣ ਦੀ ਗੱਲ ਇਹ ਹੈ ਜੀ ਤੁਸੀਂ ਤਾਂ ਗੱਲ ਨਹੀਂ ਕਰਦੇ ਤੁਸੀਂ ਜਾਂਦੀ ਨਾ ਕਰਦੇ ਮੰਨ ਕੇ ਕਦੇ ਕੁਝ ਆ ਕੇ ਤੁਸੀਂ ਕੰਮ ਕਰ ਜਾਂਦੀ ਹੈ ਕਿ ਮੈਂ ਪਰਸਨਲ ਲਾਈਫ ਸਰ ਇਹਦੇ ਬਾਰੇ ਪਰਸਨਲ ਕਿਵੇਂ ਲਾਈਫ ਤੇ ਤੇਰੀ ਡਿਊਟੀ ਤੇ ਤੂੰ ਜਦੋਂ ਮੇਰੀ ਪਰਸਨਲ ਲਾਈਫ ਕਿਹੜੀ ਹੋ ਗਈ ਸਰ ਪਰਸਨਲ ਲਾਈਫ ਨਹੀਂ ਯੂ ਆਰ ਔਨ ਜੌਬ ਤੂੰ ਡਿਊਟੀ ਤੇ ਆ ਡਿਊਟੀ ਤੇ ਤੇਰੀ ਪਰਸਨਲ ਲਾਈਫ ਕਿਵੇਂ ਹੋ ਗਈ ਸਾਰੀ ਕਿ ਪਰਸਨਲ ਲਾਈਫ ਤੇਰੀ ਇਹ ਅਸਲ ਇੱਕ ਜਾਂ ਤੂੰ ਡਿਊਟੀ ਤੇ ਜਾਂ ਪਰਸਨਲ ਤੇ ਇਹ ਦੱਸ ਮੇਰੀ ਗੱਲ ਸੁਣੋ ਮੈਂ ਡਿਊਟੀ ਤੇ ਆਇਆ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਡਿਊਟੀ ਤੇ ਮੈਂ ਤੁਹਾਨੂੰ ਕੰਮ ਕਰਨਾ ਕਿ ਮੈਂ ਤੁਹਾਨੂੰ ਜਾਂ ਦੱਸ ਕੇ ਮੈਂ ਤਾਂ ਨਹੀਂ ਜਾਣਦਾ ਮੇਰੇ ਡੀਐਸਪੀ ਖੜੇ ਨੇ ਮੈਨੂੰ ਆਈ ਕਾਰਡ ਦਿਖਾ ਦਿਓ ਸਰ ਸਾਹਿਬ ਕਹਿੰਦੇ ਭਾਈ ਬਿਲਕੁਲ ਨਹੀਂ ਆਣਾ ਇੱਥੇ ਲਿਓ ਬਿਲਕੁਲ ਨਹੀਂ ਜਾਣਾ ਐਸਐਸਪੀ ਸਾਹਿਬ ਕੋਲ ਕਿਵੇਂ ਲਾ ਜੂਗੇ ਚੱਕੇ ਧੱਕੇ ਨਾਲ ਤੁਸੀਂ ਉਹ ਸਰ ਅਸੀਂ ਚੱਕਣ ਥੋੜਾ ਆਏ ਆ ਫਿਰ ਸੰਬੰਧ ਦਿਖਾਓ ਰਿਸਪੈਕਟ ਨਾਲ ਗਏ ਅਸੀਂ ਸਰ ਆ ਕਿਉਂ ਆਈਏ ਕਿਉਂ ਆਈਏ ਤੁਹਾਡੇ ਨੌਕਰ ਆ ਅਸੀਂ ਤੁਸੀਂ ਕਿਵੇਂ ਬੁਲਾ ਸਕਦੇ ਤੁਸੀਂ ਆਮ ਆਦਮੀ ਨੂੰ ਤੁਸੀਂ ਭੇਜ ਕੇ ਲੈ ਜਾਂਦੇ ਹੋ ਇਹ ਕੰਮ ਨਹੀਂ ਚੱਲਣ ਦੇਣਾ ਮੈਂ ਸਾਡੇ ਵਰਕਰਾਂ ਨੂੰ ਕਦੇ ਚੱਕਦੇ ਹੋ ਕਦੇ ਕਦੇ ਕਿਸੇ ਨੂੰ ਗੁੰਡਾ ਕਰਦੀ ਆ ਹੁਣ ਕੱਲੇ ਨੂੰ ਦੇਖ ਕੇ ਵੇਖ ਚੱਕਾਂਗੇ ਹੁਣ ਤੁਸੀਂ ਕਹਿੰਦੇ ਆ ਜਾਓ ਜੀ ਉੱਥੇ ਇਹ ਮਾਂ ਇਹ ਆਮ ਆਦਮੀ ਦੀ ਸਰਕਾਰ ਇਹ ਆਮ ਆਦਮੀ ਦੀ ਸਰਕਾਰ ਆ ਗੁੰਡਾਗਰਦੀ ਕਰ ਰਹੇ ਹੋ ਤੁਸੀਂ ਲਾਈਵ ਕਰੋ ਲਾਈਵ ਆ ਗੁੰਡਾਗਰਦੀ ਹੋ ਰਹੀ ਆ ਆਸ਼ਵੀਨ ਦਿਖਾਓ 5 ਮਿੰਟ ਅਸੀਂ ਡੀਜੀ ਦੇ ਆਫਿਸ ਤੋਂ ਆਏ ਆ ਤੇ ਇੱਥੇ ਆ ਖੜੇ ਆ ਹੁਣ ਇਹਨਾਂ ਕੋਲ ਕੋਈ ਕਾਗਜ਼ ਨਹੀਂ ਗੇ ਇਹ ਚੋਰਾਂ ਨੂੰ ਖੜੇ ਨੇ ਤੁਸੀਂ ਕੀ ਹੋ ਤੁਸੀਂ ਕੌਣ ਹੋ ਕਿਹੜੇ ਕੀ ਨਾਮ ਤੁਹਾਡਾ ਡੀਐਸਪੀ ਦਾ ਮੇਰਾ ਨਾਮ ਕੀ ਕਿਨੇ ਭੇਜਿਆ ਤੁਹਾਨੂੰ ਬਿਜਨਸ ਤੋਂ ਕੀ ਕੀ ਆਸ਼ਵੀਨ ਚੱਕਣ ਨੂੰ इस दुकान च हुण तुहानू घरों निकले अपने बाल कटाउण ते तुसीं हुण इत्थे कहण आए हो तुसीं घरे चिट्ठी पत्र दिंदे लिख के टेलीफोन जी की करी जांदे ड्रामा की कर रहे हो मैं तो हैरान हो गया तुसी यार कैसे बंदे हो एडे बड़े बंदे ना तुसी ऐ करोगे नाले थोनू पता थोड़े कोल तजर्बा है वी तुसी कोर्टां च नहीं खड़ सकना हेलो रोज थोड़े कोर्टां च तुसी फेल होने हो कम्मां च क्यों क्योंकि यही जाली काम करदे हो तुसी तुसी यही सदो बंदे नू इन्वेस्टिगेशन करो फड़ना फड़ो उहनू उत्थे बिठा के आ की काम आ तुसी चक्कण आ गए असी कदे रोकिया सी उत्थे थोड़े कोल गए तुसी सानू उत्थों कहिंदे वी एसएसपी दफ्तर चले जाओ
ਉੱਥੇ ਜਾ ਕੇ ਤੁਹਾਨੂੰ ਐਸਐਸਪੀ ਤੁਹਾਨੂੰ ਪੁੱਛਦੇਛ ਕਰਨ ਲਈ ਅਸੀਂ ਤੁਹਾਡੇ ਕੋਲ ਆ ਜਾਂਦੇ ਉੱਥੇ ਸਰ ਗੱਲਾਂ ਜੇ ਹੁਣ ਵੀ ਆ ਜਾਓ ਕੀ ਗੱਲ ਆ ਯਾਰ ਹੁਣ ਤੁਸੀਂ ਆ ਡਰਾਮਾ ਨਹੀਂ ਡਰਾਮਾ ਅਸੀਂ ਉੱਥੇ ਕੀ ਕਿਹਾ ਵੀ ਤੁਸੀਂ ਚੱਕੋਗੇ ਸਾਡੀ ਆਦਤ ਪਈ ਹੋਈ ਆ ਸਰ ਤੁਹਾਨੂੰ ਕੀ ਕਿਹਾ ਸੀ ਰੱਬ ਨੂੰ ਜਾਣ ਜਾਣ ਦੇਣੀ ਆ ਦੱਸੋ ਕੀ ਕਿਹਾ ਸੀ ਤੁਹਾਨੂੰ ਇਹੀ ਕਿਹਾ ਮੈਂ ਘਰੋਂ ਆਇਆ ਤੂੰ ਮੇਰੇ ਘਰੋਂ ਦੇ ਬਾਹਰ ਜੇ ਨਿਕਲੇ ਨਿਕਲੇ ਨਹੀਂ ਟੁੱਟ ਤੇ ਕਿਉਂ ਨਹੀਂ ਨਿਕਲੇ ਤੁਸੀਂ ਆ ਨਿਕਲੇ ਹੁਣ ਅਸੀਂ ਹੁਣ ਰਿਕਾਰਡਿੰਗ ਕਰਦੇ ਨਹੀਂ ਤੁਹਾਡੇ ਉੱਥੇ ਰਿਕਾਰਡਿੰਗ ਕੱਢਦੇ ਨਹੀਂ ਉਹ ਬੰਦੇ ਉਹੀ ਬੰਦੇ ਨੇ ਚੰਡੀਗੜ੍ਹ ਸੀ ਉੱਥੇ ਦੇਖ ਕੇ ਫਿਰ ਤੁਹਾਨੂੰ ਕਿਹਾ ਤੁਹਾਨੂੰ ਕਿਹਾ ਬੰਦਾ ਕਿ ਆਸ਼ੂ ਰਿਹਾ ਆ ਉੱਥੇ ਨਹੀਂ ਨਹੀਂ ਤੁਹਾਨੂੰ ਕਿਹਾ ਬੰਦਾ ਆਸ਼ੂ ਰਿਹਾ ਆ ਚਲੋ ਆ ਜਾਓ ਤੁਹਾਡੇ ਮਗਰ ਨਹੀਂ ਆਉਂਦਾ ਅਸੀਂ ਅੱਗੇ ਆਪ ਉਹਨਾਂ ਨੂੰ ਚਲੋ ਅੱਗੇ ਤੁਹਾਡੇ ਮਗਰ ਨਾ 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 ਚਲੋ ਤੁਸੀਂ ਭਾਈ ਆਪਣੀ ਮਰਜ਼ੀ ਨਾਲ ਆਵਾਂਗੇ ਆ ਜਾਾਂਗੇ ਤੁਸੀਂ ਸਿਆਣਾ ਦੇਤਾ ਅਸੀਂ ਜੇ ਇਧਰ ਆ ਯਾਰ ਕਰਨ ਵਾਲੇ ਹੈ ਫੋੜੀਆਂ ਚਲੋ ਤੁਸੀਂ ਆਪ ਪਲੀਜ਼ ਨਾਲ ਨਾ 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 ਤੁਸੀਂ ਤੂੰ ਤੁਸੀਂ ਬ੍ਰਾਂਡ ਦਿਖਾ ਦਿਓ ਫਿਰ ਜੇ ਨਾਲ ਲਵਾਂ ਆਪਣੀ ਮਰਜ਼ੀ ਨਾਲ ਆਵਾਂਗੇ ਫਿਰ ਤਾਂ ਤੁਹਾਡੀ ਗੱਡੀ 'ਚ ਬਹਿ ਕੇ ਚੱਲਾਂਗੇ ਜੇ ਬ੍ਰਾਂਡ ਹੈਗੇ ਆ ਤੇ ਤੁਹਾਡੀ ਗੱਡੀ 'ਚ ਬਹਿ ਜਾਂਦੇ ਛੱਡੋ ਯਾਰ ਕਾਗਜ਼ ਦਿਖਾਓ ਐਫਆਈਆਰ ਦਿਖਾ ਦਿੰਦੇ ਆ ਚਲੋ ਚਲੋ ਓਏ ਆਓ ਨਾਲ ਲਾਓ ਤੁਸੀਂ ਆਓ ਗੱਡੀ ਲਾਓ ਨਾਲ ਆਓ ਅਸੀਂ ਡਰਦੇ ਨਹੀਂ ਯਾਰ ਗੱਡੀ ਲੈ ਕੇ ਨਾ ਬਾ ਤੁਸੀਂ ਅਸੀਂ ਨਾ ਡਰ ਉੱਥੇ ਚੱਲਾਂਗੇ ਤੁਹਾਡੇ ਨਾਲ ਓਏ ਆਓ ਨਾਲ ਚੱਲਦੇ ਹਾਂ ਨਾ ਬਾ ਡੂਟੀ ਜੀ ਬੇਗ ਨਾ ਆਓ ਤੁਸੀਂ ਨਾਲ ਚੱਲੋ ਐਂਪੀ ਹੋਗੇ ਉਹ ਤੁਹਾਡਾ ਕੰਮ ਹੈ ਡੂਟੀ ਜੀ ਬੇਗ ਨਾ ਸੱਚ ਬਾਤ ਗੱਲ ਕਰਦੀ ਮੇਰੇ ਨਾਲ ਡੂਟੀ ਬੇਗ ਡੂਟੀ ਕੋਈ ਵੀ ਫਿਰ ਦਿਖਾਓ ਇਹੀ ਤਾਂ ਕਹਿੰਦੇ ਵੀ ਤੁਸੀਂ ਨਜਾਇਜ਼ ਆਏ ਹੋ ਮੈਂ ਡਿਊਟੀ ਜੀ ਬੇਗ ਪਾਉਂਦਾ ਹੀ ਨਹੀਂ ਮੈਂ ਕਹਿੰਦਾ ਕਾਗਜ਼ ਦਿਖਾਓ ਤੁਸੀਂ ਕਾਕਾ ਜੇ ਇਹ ਗੱਲ ਆ ਕਾਗਜ਼ ਦਿਖਾਓ ਨਹੀਂ ਪਾਉਂਦਾ ਡਿਊਟੀ ਜੀ ਬੇਗ ਜਦੋਂ ਦਿਖਾ ਦੋਗੇ ਮੈਂ ਕਹੂੰਗਾ ਲੈ ਜਾਓ ਕੋਈ ਕਾਗਜ਼ ਨੀ ਕੋਈ ਕਾਗਜ਼ ਨੀ ਧੱਕੇ ਨਾਲ ਰੋਕ ਰਹੇ ਆ ਫਿਰ ਅਸੀਂ ਅਸੀਂ ਹੱਥੋਂ ਪੰਜ ਕਰਾਂਗੇ ਤੁਹਾਡੇ ਨਾਲ ਨੀ ਜਾਂਦੇ ਭਾਈ ਆਪਣੀ ਮਰਜ਼ੀ ਨਾਲ ਜਾਵਾਂਗੇ ਅਸੀਂ ਅਸੀਂ ਮਰਜ਼ੀ ਨਾਲ ਜਾਵਾਂਗੇ ਕਾਕਾ ਸਾਡੇ ਸਾਹ ਨੂੰ ਮੈਂ ਦੱਸਦਾ ਇੱਕ ਮਿੰਟ ਉਧਰ ਹੋ ਕੇ ਦੱਸੋ ਹਾਂ ਨਾ ਰੋਕੋ ਨਾ ਰੁਕਿਆ ਰੁਕਿਆ ਪਰ ਕਾਗਜ਼ ਦਿਖਾਓ ਫਿਰ ਰੁਕਿਆ ਕਾਗਜ਼ ਦਿਖਾਓ ਨਹੀਂ ਜਾਣਾ ਕਰੋ ਕਾਗਜ਼ ਨੂੰ ਉੱਥੇ ਜਾ ਕੇ ਦਿਖਾਵਾਂਗੇ ਸਰ ਤੇ ਉਹਨੂੰ ਦਿਖਾਉਂਗੇ ਇਹ ਕਿਵੇਂ ਚੱਕ ਕੇ ਲੈ ਜਾਓਗੇ ਕਿਵੇਂ ਚੱਕ ਕੇ ਲੈ ਜਾਓਗੇ ਤੁਸੀਂ ਬਿਨਾ ਫਰੰਟਾਂ ਨੂੰ ਕਿਵੇਂ ਚੱਕ ਕੇ ਲੈ ਜਾਓਗੇ ਕਾਗਜ਼ ਦਿਖਾਓ ਕਾਗਜ਼ ਦਿਖਾਓ ਦੇ ਆਓ ਤੁਸੀਂ ਬਾਹਰੋਂ ਦੇਖੋ ਇੱਕ ਮਿੰਟ ਕੀ ਗੱਲ ਕੀ ਹੋ ਗਈ ਵਾਲੇ ਗੱਲ ਪੈਂਦੇ ਇਹਨਾਂ ਦਾ ਇਹਨਾਂ ਦਾ ਸੀਧਾ ਚੋਰੀ ਤੁਹਾਨੂੰ ਆਦਤ ਹੀ ਪਈ ਆ ਵੀ ਹਰੇਕ ਨੂੰ ਅਸੀਂ ਚੱਕ ਲਈਏ ਜਦ ਮਰਜ਼ੀ ਇਹ ਕੰਮ ਨਹੀਂ ਚੱਲਣਾ ਬਿਲਕੁਲ ਕੋਈ ਵਰੰਟ ਨਹੀਂ ਹੁਣ ਜਲ ਹੀ ਪਹਿਲਾਂ ਚੱਕ ਕੇ ਕਰਨਾ ਚਾਹੁੰਦੇ ਇੰਟੈਰੋਗੇਸ਼ਨ ਹੁਣ ਕਾਗਜ਼ ਜਿਹੜੇ ਮੰਗਾਉਣਗੇ ਉੱਥੋਂ ਕਿਤੋਂ ਪਹਿਲਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਭਰ ਕਰਨਾ ਚਾਹੁੰਦੇ ਸੀ ਅਸੀਂ ਕਰ ਲਈਏ ਸਾਰਿਆਂ ਦਾ ਟੈਲੀਫੋਨ ਕਰਵਾਇਆ ਚਲ ਠੀਕ ਹੈ ਡਰ ਲੋ ਸਭ ਪਹੁੰਚੋ ਹੈਲੋ ਭੱਜਿਆ ਹੈ ਕਾਲੀ ਕਾਲੀ ਦੱਸੋ ਅਸੀਂ ਤੁਹਾਡੇ ਦਫ਼ਤਰ ਗਏ ਹਾਂ ਅਸੀਂ ਚੋਰ ਹਾਂ ਭੱਜੇ ਫਿਰਦੇ ਹਾਂ ਆਪਣੀ ਗੱਡੀ ਨੋ ਨੋ ਤੁਸੀਂ ਸਾਡੀ ਗੱਡੀ 'ਚ ਬੈਠੋ ਆਪਾਂ ਚਲੋ ਇਹਨਾਂ ਦੇ ਕੋਲ ਤੁਸੀਂ ਸਾਡੀ ਹਾਂ ਚਲੋ ਤੁਸੀਂ ਸਾਡੀ ਗੱਡੀ 'ਚ ਬੈਠੋ ਦੇਖੋ ਮੇਰੇ ਵਾਲੀ ਗੱਡੀ ਲਾਓ ਪੂਰੇ